ਸੋ ਹੈਲੋ ਦੋਸਤੋ, ਸਾਰੇ ਬਾਈਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਸੋ ਬਾਈ ਜੀ, ਮੈਂ ਤੁਹਾਡਾ ਆਪਣਾ ਦੇਬੂ ਫੋਰਮੈਨ। ਸੋ ਬਾਈ ਜੀ, ਜਿਵੇਂ ਆਪਾਂ ਛੋਟੀਆਂ ਛੋਟੀਆਂ ਜਾਣਕਾਰੀਆਂ ਯੂਟਿਊਬ ਚੈਨਲ 'ਤੇ ਪਾਉਂਦੇ ਰਹਿੰਦੇ ਹਾਂ, ਔਰ ਬਹੁਤ ਬਾਈਆਂ ਨੇ ਪਿਆਰ ਦਿੱਤਾ ਹੈ। ਸੋ ਇਵੇਂ ਆਪਾਂ ਛੋਟੀ ਮੋਟੀ ਜਾਣਕਾਰੀ ਕਈ ਵਾਰੀ ਆਪਾਂ ਫੇਸਬੁੱਕ 'ਤੇ ਪਾ ਦਿੰਦੇ ਹਾਂ, ਜਿਹੜੀ ਹੈ ਯੂਟਿਊਬ 'ਤੇ ਪਾ ਦਿਆਂਗੇ ਅਤੇ ਫੇਸਬੁੱਕ 'ਤੇ ਪਾ ਦਿਆਂਗੇ। ਸੋ ਪੂਰੀ ਵੀਡੀਓ ਵੇਖਣੀ ਹੈ, ਮੰਨ ਲੈ ਕਿੱਥੇ ਬਾਈ ਮੰਨ ਲੈ ਕੰਮ ਕਰ ਰਹੇ ਹਾਂ ਜਾਂ ਕੀ ਚੀਜ਼ ਹੈ, ਉਹਦੀ ਜਿਹੜੀ ਪੂਰੀ ਵੀਡੀਓ ਉਹ ਬਈ ਹੈ ਯੂਟਿਊਬ 'ਤੇ। ਸੋ ਜਿਹੜੀ ਮਤਲਬ ਇਵੇਂ ਚੱਲਦੀ ਦੀ ਜਾਣਕਾਰੀ ਆਪਾਂ ਦੇ ਦੇਣੀ, ਉਹ ਮਿਲੇਗੀ ਤੁਹਾਨੂੰ ਬਾਈ ਜੀ ਮੇਰੇ ਫੇਸਬੁੱਕ 'ਤੇ। ਸੋ ਸਾਰੇ ਬਾਈਆਂ ਨੂੰ ਪਹਿਲੇ ਗੁਜ਼ਾਰਿਸ਼ ਹੈ ਕਿ ਵੱਧ ਤੋਂ ਵੱਧ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਸਪੋਰਟ ਕਰੋ ਸਾਰੇ ਦੱਬ ਕੇ। ਇਹੀ ਕੰਮ ਕਰਦੇ ਵੀਰ ਜੀ, ਇਹੀ ਸਾਡਾ ਧੰਦਾ ਹੈ, ਤੁਸੀਂ ਸਪੋਰਟ ਕਰਨੀ ਵੀਰ ਜੀ, ਗਰੀਬ ਜਿਹਾ ਬੰਦਾ ਹੈ। ਸੋ ਜਿਹੜੀ ਜਾਣਕਾਰੀ ਤੁਹਾਨੂੰ ਮੈਂ ਦੇਣ ਲੱਗਾ ਹੈ, ਉਹ ਬਾਈ ਜੀ ਜਾਣਕਾਰੀ ਦਾ ਜਿਹੜਾ ਕੰਮ ਹੈ, ਚਲੋ ਬਹੁਤ ਬਾਈਆਂ ਨਾਲ ਨਹੀਂ ਬਣਦੀ ਹੋਣੀ ਔਰ ਕਈਆਂ ਬਾਈਆਂ ਨਾਲ ਜਿਹੜੀ ਹੈ ਗੱਲ 100% ਬਣਦੀ ਹੋਣੀ, ਔਰ ਬਣਦੀ ਕਿਹੜੀ ਹੈ ਇਹਦੇ ਬਾਰੇ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ, ਬਿਲਕੁਲ ਧਿਆਨ ਨਾਲ ਸੁਣਨੀ ਹੈ ਔਰ ਇਕੱਲੀ ਇਕੱਲੀ ਗੱਲ ਤੁਹਾਡੇ ਕੰਮਾਂ ਨਾਲ ਹੀ ਹੈ। ਤੁਸੀਂ ਵੀ ਕਹੋਗੇ ਵਾਕਿਆ ਬਾਈ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਜਾਂ ਦੱਸੀ ਹੈ, ਬਿਲਕੁਲ ਸਹੀ ਇੱਕ ਨੰਬਰ ਦੀ ਨਿਕਲੀ। ਸੋ ਜਿਹੜੀ ਜਾਣਕਾਰੀ ਦਾ ਨਾਂ ਹੈ ਬਾਈ ਜੀ, ਜਿਵੇਂ ਡੈੱਕ ਆਪਾਂ ਨਵੀਆਂ ਬੈਟਰੀਆਂ ਵੀ ਰਖਾ ਲਈਏ, ਉਹ ਡੈੱਕ ਲੱਗਾ ਹੁੰਦਾ ਵੱਡਾ। ਸੋ ਬਾਈ ਜੀ, ਆਪਾਂ ਨੂੰ ਇਹ ਦਿੱਕਤ ਆਉਂਦੀ ਵੀ ਮੰਨ ਲੈ ਇੱਕ ਦੋ ਦਿਨ ਚੱਲਦਾ ਔਰ ਬਾਅਦ ਮੈਂ ਵੈਸਲ ਵੀ ਨਹੀਂ ਚੱਕਦੀ, ਸੋ ਇਹਦਾ ਕਾਰਨ ਮੈਨੂੰ ਦੱਸੋ। ਸੋ ਬਾਈ ਜੀ, ਇਹਦਾ ਕਾਰਨ ਅਸੀਂ ਤੁਹਾਨੂੰ ਜਿਹੜਾ ਦੱਸ ਰਹੇ ਹਾਂ, ਇਹਦਾ ਮੇਨ ਕਾਰਨ ਹੈ ਬਾਈ ਜੀ ਵੱਡਾ ਡੈੱਕ ਪੱਖੇ ਵਾਲਾ। ਕਿਉਂਕਿ ਆਪਾਂ ਇਵੇਂ ਤਾਂ ਨਹੀਂ ਵੀ ਯਾਰ ਇਵੇਂ ਵੀਡੀਓ ਬਣਾ ਤੀ, ਜਿਹੜੀ ਚੀਜ਼ ਕੀਤੀ ਉਹ ਆਈ ਕਹਿ ਤੀ, ਚਲ ਦੇਖੀ ਜਾ ਕਿ ਠੀਕ ਹੈ ਠੀਕ ਹੈ, ਜਿਹੜੀ ਨਹੀਂ ਤਾਂ ਨਾ ਹੀ ਸਹੀ। ਇਵੇਂ ਦੀ ਵੀਡੀਓ ਆਪਾਂ ਬਣਾਉਂਦੇ ਨਹੀਂ ਵੀਰ ਜੀ, ਵੀਡੀਓ ਬਣਾਵਾਂਗੇ ਬਿਲਕੁਲ ਇਹੋ ਜੀ ਵੀ ਬਾਈਆਂ ਦੇ ਕੰਮ ਆਏਗੀ, ਕਿ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਸੋ ਬਾਈ ਜੀ, ਜਿੰਨਾ ਚਿਰ ਹੈਗੇ ਹਾਂ, ਜਿੰਨੀ ਵੀ ਆਪਾਂ ਨੂੰ ਨੌਲੇਜ ਹੈ, ਆਪਾਂ ਉਹ ਸ਼ੇਅਰ ਕਰ ਰਹੇ ਤੁਹਾਡੇ ਨਾਲ। ਜਦੋਂ ਪਰਮਾਤਮਾ ਦੀ ਮਿਹਰ ਹੋਈ, ਜਦੋਂ ਆਪਾਂ ਚੱਲ ਗਏ ਦੁਨੀਆ ਤੋਂ, ਫਿਰ ਵੀ ਯਾਦ ਕਰਨਗੇ ਵੀ ਬਾਈ ਜੀ ਨੇ ਗੱਲ ਦੱਸੀ ਸੀ ਔਰ ਵਾਕਿਆ ਬਾਈ ਜੀ ਕੰਮ ਵਾਲੀ ਗੱਲ ਦੱਸੀ ਹੈ, ਔਰ ਵਾਕਿਆ 100% ਬਣ ਵੀ ਰਹੀ ਹੈ ਵੀ ਐਵੇਂ ਬਾਈ ਨੇ ਦੱਸਿਆ ਸੀ। ਜਿਹੜੀ ਵੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਔਰ ਇਕੱਲੀ ਇਕੱਲੀ ਗੱਲ ਮੇਰੀ, ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ, ਬਹੁਤ ਬਾਈਆਂ ਦੇ ਕੰਮ ਬਣਨਗੇ ਐਵੇਂ, ਇਹ ਧਿਆਨ ਨਾਲ ਗੱਲ ਸੁਣਨ ਨਾਲ। ਜੇ ਤੁਸੀਂ ਗੱਲ ਧਿਆਨ ਨਾਲ ਨਾ ਸੁਣੋਗੇ, ਸੋ ਬਾਈ ਜੀ ਉਹਦਾ ਕੀ ਫਾਇਦਾ ਹੋਇਆ, ਜਿਹੜੀ ਵਿੱਚ ਗੱਲ ਰਹਿ ਗਈ ਸੋ ਰਹਿ ਹੀ ਗਈ। ਸੋ ਗੱਲ ਚੱਲ ਰਹੀ ਸੀ ਐਵੇਂ, ਕਿਉਂਕਿ ਬਾਈ ਜੀ ਮੇਰੇ ਨਾਲ ਇਹ ਕੰਮ ਬਣ ਗਿਆ ਹੈ ਔਰ ਅੱਜ ਮੈਂ ਜਿਹੜਾ ਉਹ ਕੰਮ ਕਰਤਾ ਹੈ, ਤਾਂ ਕਰਕੇ ਮੈਂ ਵੀਡੀਓ ਪਾ ਰਿਹਾ ਵੀ ਹੋਰ ਬਾਈ ਵੀ ਨੇ ਜਿਹੜੇ ਉਹ ਇਹ ਗੱਲ ਧਿਆਨ 'ਚ ਰੱਖ ਲੈਣਗੇ, ਉਹਨਾਂ ਨਾਲ ਇਹ ਕੰਮ ਨਹੀਂ ਬਣੇਗਾ। ਸੋ ਬਣਿਆ ਕਿਵੇਂ ਯਾਰ, 9ਵੇਂ ਮਹੀਨੇ ਦੀ 25 ਤਰੀਕ ਨੂੰ ਬਾਈ ਜੀ ਮੈਂ ਮਸ਼ੀਨ ਚਾਲੂ ਕੀਤੀ ਹੈ ਔਰ ਨਵੀਆਂ ਬੈਟਰੀਆਂ ਰੱਖੀਆਂ, ਅਸਾਂ ਡੈੱਕ ਲੱਗਿਆ ਵੱਡਾ ਪੱਖੇ ਵਾਲਾ, ਤਾਂ ਅਸੀਂ 2-3 ਦਿਨ ਪੂਰੇ ਛੌਂਕ ਛੌਂਕ ਦੇ ਵਿੱਚ ਐਨ ਚੰਗੀ ਆਵਾਜ਼ ਕਰ ਕਰਕੇ ਚਲਾਈ। ਸੋ ਬਾਈ ਜੀ, ਇਹ ਹੁੰਦਾ ਹੈ ਮਨੋਰੰਜਨ ਵਾਸਤੇ, ਡਰਾਈਵਰ ਤਾਂ ਮੇਰਾ ਵੀ ਨਹੀਂ ਮੰਨਦਾ, ਇਹ ਹੁੰਦਾ ਹੈ ਮਨੋਰੰਜਨ ਵਾਸਤੇ ਵੀ ਡਰਾਈਵਰ ਦਾ ਮਨ ਲੱਗਿਆ ਰਵੇ, ਚਲੋ ਹੱਸ ਰੰਮ ਕੇ ਚਲਾਵੇ। ਸੋ ਜੇ ਆਪਾਂ ਮੰਨ ਲਿਆ ਫੁੱਲ ਆਵਾਜ਼ ਕਰ ਲਈਏ ਔਰ ਲੋਕਾਂ ਨੂੰ ਸੁਣਾਈ ਜਾ ਰਹੇ ਬੈਟਰੀ ਆਪਣੀ ਡਾਊਨ ਹੋਈ ਜਾ ਰਹੀ, ਤਾਂ ਉਹਦਾ ਰਿਜ਼ਲਟ ਜਿਹੜਾ ਉਹ ਆਪਾਂ ਨੂੰ ਮਿਲਦਾ ਹੈ। ਕਈ ਵਾਰੀ ਕਿਤੇ ਇਕੱਲੇ ਹਨੇਰੇ ਇੱਕ ਵੇਲੇ ਬੰਦਾ ਖੜ੍ਹ ਜਾਂਦਾ ਹੈ, ਔਰ ਕਈ ਵਾਰੀ ਨਾ ਸਲਬ ਚੱਕੇ ਬਾਈ ਜੀ ਰੱਸਾ ਮਾਰਨਾ ਦੋ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਹੈ, ਔਰ ਸਾਡੇ ਨਾਲ ਬਣ ਗਈ, ਤਾਂ ਤੁਹਾਡੇ ਨਾਲ ਸ਼ੇਅਰ ਕਰਨਾ, ਤੁਸੀਂ ਇਹ ਗੱਲ ਨੂੰ ਪੱਲੇ ਬੰਨ ਲੈਣਾ ਔਰ ਅੱਗੇ ਹੋਰ ਬਾਈਆਂ ਤੱਕ ਵੀ ਸ਼ੇਅਰ ਜ਼ਰੂਰ ਕਰ ਦਿਓ। ਇਹ ਮੁਸੀਬਤ ਤੁਹਾਨੂੰ ਨਹੀਂ ਆਏਗੀ ਜਿਹੜੀ ਸਾਨੂੰ ਆ ਗਈ। ਜਦੋਂ ਵੀ ਆਪਾਂ ਮੰਨ ਲਿਆ ਵੱਡਾ ਡੈੱਕ ਲੱਗਾ ਹੈ, ਉਹ ਬਾਈ ਜੀ ਇੱਕ ਬੈਟਰੀ 'ਤੇ 12 ਵੋਲਟ ਦੀ ਬੈਟਰੀ ਜਿਹੜੀ ਉਹਦਾ ਫੁੱਲ ਕਰੰਟ ਖਿੱਚ ਲੈਂਦਾ ਹੈ। ਅਸੀਂ ਘਰ ਉੱਥੇ ਜਿੱਥੇ ਆਪਣੇ ਡੇਰੇ 'ਤੇ ਰਹਿੰਦੇ, ਉੱਥੇ ਇਨਵੇਟਰ 'ਤੇ ਵੀ ਚਲਾਇਆ ਸੀ 5-4 ਦਿਨ ਦੇ ਵਿੱਚ, ਦਿਨ ਕੀ ਸ਼ਾਮ ਨੂੰ ਸੀਟੀ ਮਰਵਾ ਦਿੰਦਾ ਸੀ।
ਸੋ ਫਿਰ ਮੈਨੂੰ ਉਸੇ ਤਰੀਕੇ ਦੇ ਨਾਲ ਮੈਂ ਵੇਰਵਾ ਕੱਢਦਾ ਹੁਣ ਮਸ਼ੀਨ ਵੀ ਐਵੇਂ ਕਰਨ ਲੱਗ ਪਈ, ਨਵੀਆਂ ਬੈਟਰੀਆਂ ਤਰਾਈਆਂ ਨੇ, ਇੱਕ ਮਹੀਨਾ ਨਹੀਂ ਚੱਲੀਆਂ ਤਾਂ ਸਲਬ ਨਹੀਂ ਚੱਕ ਰਹੀ ਸਵੇਰੇ। ਸੋ ਬਾਈ ਜੀ ਫਿਰ ਅਸੀਂ ਫਿਰ ਬੈਟਰੀਆਂ ਬਦਲੀਆਂ, ਅੱਗੇ ਵਾਲੀ ਪਿੱਛੇ ਕੀਤੀ, ਪਿੱਛੇ ਵਾਲੀ ਅੱਗੇ ਕੀਤੀ। ਸੋ ਹੁਣ ਜਿਹੜਾ ਸਲਬ ਚੱਕੀ ਜਾ ਰਹੀ, ਹੁਣ ਮੈਂ ਉਹਨੂੰ ਕਿਹਾ ਵੀ ਜਿਹੜਾ ਡੈੱਕ ਲੱਗਿਆ ਤਾਂ ਮੇਨ ਕਾਰਨ ਹੈ ਡੈੱਕ, ਜਿਹੜੀ ਇਹਦੀ ਬੇਸ ਹੈ ਉਹ ਬਿਲਕੁਲ ਘੱਟ ਰੱਖਣੀ ਹੈ, ਜਾਂ ਨਹੀਂ ਬਾਈ ਜੀ ਛੋਟੀ DVD ਵੀ ਲਵਾ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਇਹ ਮੁਸੀਬਤ ਨਹੀਂ ਝੱਲਣੀ, ਔਰ ਜਿਨ੍ਹਾਂ ਨੇ ਝੱਲਣੀ ਹੈ ਉਹ ਤਾਂ ਫਿਰ ਲੈਣ ਦੇ ਨਜ਼ਾਰੇ, ਆਪਾਂ ਨੂੰ ਉਹਨੂੰ ਕੀ ਕਹਿ ਸਕਦੇ ਹਾਂ। ਔਰ ਤੁਸੀਂ ਜ਼ਿਆਦਾ ਇਹਦਾ ਗੌਰ ਕਰਨੀ ਹੈ 12 ਬੁਲਟ ਦੇ, ਜਦੋਂ ਇੱਕ ਬੈਟਰੀ ਦੀ ਗਰੈਵਿਟੀ ਹੈ ਜਿਹੜੀ ਉਹ ਡਾਊਨ ਹੋ ਜਾਂਦੀ ਹੈ, ਡਾਊਨ ਹੋਣ ਦੇ ਨਾਲ ਜਿਹੜੀ ਸਲਫ ਚੱਕਣਾ ਬੰਦ ਕਰ ਦਿੰਦੀ ਹੈ। ਸੋ ਕਈ ਬਾਈ ਕਮੈਂਟ ਦੇ ਵਿੱਚ ਕਹਿੰਦੇ ਵੀ ਹੋਣਗੇ ਵੀ ਯਾਰ ਵੀ 24 ਬੁਲਟ ਦੀਆਂ ਲਾਈਟਾਂ ਵੀ ਜਗਦੀਆਂ ਨੇ। ਸੋ ਬਾਈ ਜੀ ਜਗਦੀਆਂ ਤਾਂ ਹੈਗੀਆਂ ਨੇ, ਪਰ ਉਹ ਦੋ ਬੈਟਰੀਆਂ ਇੱਕਦਮ ਜ਼ੋਰ ਲਾਉਂਦੀਆਂ ਨੇ, ਜਿੰਨਾ ਕਰੰਟ ਅਗਲੀ 'ਚੋਂ ਜਾਂਦਾ ਇੰਨਾ ਹੀ ਕਰੰਟ ਪਿਛਲੀ 'ਚੋਂ ਵੀ ਜਾਂਦਾ ਹੈ, ਦੋ ਬੈਟਰੀਆਂ ਇਕੱਠੀਆਂ ਜ਼ੋਰ ਮਾਰਦੀਆਂ ਨੇ, ਇਸ ਕਰਕੇ ਉਹ 24 ਬੁਲਟ ਦੀਆਂ ਜਗੀ ਜਾਂਦੀਆਂ ਨੇ। 12 ਬੁਲਟ ਦੀਆਂ 4 ਲਾਈਟਾਂ ਲਾ ਦਿਓ ਸਲਫ ਚੱਕਣੋਂ ਬੰਦ ਕਰ ਦੇਗੀ। ਔਰ ਇਸ ਕਰਕੇ ਆਪਾਂ ਇਹ ਜਾਣਕਾਰੀ ਪਾਈ ਹੈ ਵੀ ਜਿੰਨਾ ਵੀ ਹੋ ਸਕੇ ਮਤਲਬ ਡੈੱਕ ਨੂੰ ਘੱਟ ਯੂਜ ਕਰਨਾ ਹੈ, ਥੋੜ੍ਹੀ ਆਵਾਜ਼ ਰੱਖ ਕੇ ਚਲਾਉਣਾ ਹੈ, ਮੁਸੀਬਤ ਤੋਂ ਛੁਟਕਾਰਾ ਤੁਸੀਂ ਪਾ ਸਕਦੇ ਹੋ। ਔਰ ਇੱਕ ਦੋ ਹੋਰ 4 ਗੱਲਾਂ ਨੇ ਆਪਾਂ ਉਹ ਅਗਲੇ ਬਲੌਗ 'ਚ ਦੱਸਾਂਗੇ, ਜਿਨ੍ਹਾਂ ਬਾਈਆਂ ਦੇ ਸਾਈਡ 'ਚ ਵਿੱਚੋਂ ਦਾਣਾ ਮਾਰਦੀ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ, ਧੰਨਵਾਦ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਬਾਈ ਜੀ।